ਸਤਿ ਸ੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਟੋਰਾਂਟੋ ਦੇ ਵਿੱਚ ਹੜ੍ਹਾਂ ਦਾ ਕਹਿਰ ਹਜੇ ਵੀ ਜਾਰੀ, ਮੇਅਰ ਓਲੀਵੀਆ ਚਾਓ ਕਰਨਗੇ ਵੱਡੀ ਕਾਰਵਾਈ। ਏਅਰ ਇੰਡੀਆ ਨੇ ਕੀਤਾ ਵੱਡਾ ਐਲਾਨ, ਅਮੈਰੀਕਾ ਵੱਲ ਸ਼ੁਰੂ ਕੀਤੀਆਂ ਜਾਣਗੀਆਂ ਸਿੱਧੀਆਂ ਫਲਾਈਟਾਂ। ਓਨਟਾਰੀਓ ਦੇ ਵਿੱਚ ਅੱਜ ਤੋਂ ਖੁੱਲ੍ਹ ਰਹੇ ਨੇ ਸ਼ਰਾਬ ਦੇ ਠੇਕੇ, ਪ੍ਰੀਮੀਅਰ ਡੱਗ ਫੋਰਡ ਨੇ ਰਿਟੇਲਰਾਂ ਲਈ ਦਿੱਤਾ ਬਿਆਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਬੀਤੇ ਹਫ਼ਤੇ GTA ਦੇ ਵਿੱਚ ਇੱਕ ਭਿਆਨਕ ਹੜ੍ਹ ਆਇਆ ਸੀ। ਤੇਜ਼ ਮੀਂਹ ਦੇ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਸੀ ਅਤੇ ਟੋਰਾਂਟੋ ਨੂੰ ਸੈਂਕੜੇ ਹੜ੍ਹ ਕੌਲਾਂ ਦੇ ਬੈਕਲੌਗ ਦਾ ਹੁਣ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਹਫ਼ਤੇ ਬਾਅਦ ਵੀ ਹੜ੍ਹ ਦੇ ਕਾਰਨ ਲੋਕ ਜੂਝ ਰਹੇ ਨੇ। ਮੇਅਰ ਓਲੀਵੀਆ ਚਾਓ ਦਾ ਕਹਿਣਾ ਹੈ ਕਿ ਸਿਟੀ ਕੌਂਸਲ ਇਸ ਹਫ਼ਤੇ ਅੱਗੇ ਕਾਰਵਾਈ ਕਰ ਸਕਦੀ ਹੈ। ਟੋਰਾਂਟੋ ਅਜੇ ਵੀ ਪਿਛਲੇ ਹਫ਼ਤੇ ਦੀ ਰਿਕਾਰਡ ਬਾਰਿਸ਼ ਤੋਂ ਬਾਅਦ ਜੂਝ ਰਿਹਾ ਹੈ। ਸ਼ਹਿਰ ਦਾ ਸਟਾਫ ਬੇਸਮੈਂਟ ਦੇ ਸੈਂਕੜੇ ਹੜ੍ਹਾਂ ਅਤੇ ਸੀਵਰ ਬਲੌਕੇਜ ਕੌਲਾਂ ਦੇ ਬੈਕਲੌਗ ਦੁਆਰਾ ਕੰਮ ਕਰ ਰਿਹਾ ਹੈ। ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਲਗਭਗ ਇੱਕ ਹਫ਼ਤੇ ਬਾਅਦ ਮਕਾਨ ਮਾਲਕਾਂ ਅਤੇ ਕਾਰੋਬਾਰਾਂ ਦੋਵਾਂ ਦੁਆਰਾ ਭਿਆਨਕ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਨੇ ਅਤੇ ਤੂਫਾਨ ਦੁਆਰਾ ਡੁੱਬੀਆਂ ਸ਼ਹਿਰ ਦੀਆਂ ਸੜਕਾਂ ਅਤੇ ਪੁਲਾਂ ਦਾ ਮੁਆਇਨਾ ਕਰਨ ਲਈ ਕੰਮ ਚੱਲ ਰਿਹਾ ਹੈ। ਟੈਕਸਦਾਤਾਵਾਂ ਲਈ ਹੜ੍ਹ ਦੀ ਅੰਤਿਮ ਕੀਮਤ ਹਜੇ ਨਿਰਧਾਰਿਤ ਨਹੀਂ ਕੀਤੀ ਗਈ। ਸ਼ਹਿਰ ਦੇ ਬੁਲਾਰੇ ਲੌਰਾ ਮੈਕਵਿਲਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੋਰਾਂਟੋ ਵਾਟਰ ਨੇ ਬੇਸਮੈਂਟ ਵਿੱਚ ਹੜ੍ਹਾਂ ਅਤੇ ਓਵਰਫਲੋ ਹੋਏ ਕੈਚ ਬੇਸਿਨ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਹਫ਼ਤੇ ਦੇ ਅੰਤ ਵਿੱਚ ਬਹੁਤ ਤਰੱਕੀ ਕੀਤੀ ਹੈ ਅਤੇ ਆਪਣੇ ਸੇਵਾ ਪ੍ਰਤੀਕਿਰਿਆ ਸਮੇਂ ਨੂੰ ਸੋਧਣ ਦੇ ਯੋਗ ਹੋ ਗਿਆ ਹੈ ਅਤੇ ਜਦਕਿ ਟੈਕਸੀਸ਼ੀਅਨ ਨੂੰ ਤਾਇਨਾਤ ਕਰਨ ਦਾ ਸਮਾਂ ਘੱਟ ਗਿਆ, 48 ਤੋਂ 72 ਘੰਟਿਆਂ ਦੇ ਵਿਚਾਲੇ ਉਡੀਕ ਬਾਕੀ ਹੈ। ਬੀਤੇ ਮੰਗਲਵਾਰ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਵਿੱਚ 100 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ, ਜਿਸ ਨਾਲ ਡਾਊਨ ਵੈਲੀ ਪਾਰਕਵੇ ਅਤੇ ਗਾਰਡਨਰ ਐਕਸਪ੍ਰੈਸ ਵੇ ਸਮੇਤ ਘਰਾਂ, ਗਲੀਆਂ ਅਤੇ ਪ੍ਰਮੁੱਖ ਹਾਈਵੇ ਵਿੱਚ ਹੜ੍ਹ ਆ ਗਏ। ਤੂਫਾਨ ਦੇ ਸਿਖਰ 'ਤੇ 1,67,000 ਟੋਰਾਂਟੋ ਹਾਈਡਰੋ ਗਾਹਕ ਬਿਜਲੀ ਤੋਂ ਬਿਨਾਂ ਰਹਿ ਰਹੇ ਸਨ। ਸੋਮਵਾਰ ਸਵੇਰ ਤੱਕ ਸ਼ਹਿਰ ਨੂੰ ਸੀਵਰ ਕਨੈਕਸ਼ਨ ਰੁਕਾਵਟਾਂ ਨੂੰ ਦੂਰ ਕਰਨ ਲਈ ਲਗਭਗ 1400 ਬੇਨਤੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਲਗਭਗ 1100 ਦਾ ਹੱਲ ਹੋ ਗਿਆ ਸੀ ਅਤੇ 180 ਤੋਂ ਵੱਧ ਹਜੇ ਵੀ ਬਕਾਇਆ ਪਈਆਂ ਨੇ। ਸਿਟੀ ਸਟਾਫ ਨੂੰ ਓਵਰਫਲੋਇੰਗ ਕੈਚ ਬੇਸਨਾਂ ਲਈ 66 ਕੌਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 23 ਹੱਲ ਹੋ ਗਈਆਂ ਅਤੇ ਇਹਨਾਂ ਵਿੱਚੋਂ 43 ਬੇਨਤੀਆਂ ਹਜੇ ਵੀ ਬਾਕੀ ਨੇ। ਕੁੱਲ ਮਿਲਾ ਕੇ ਸ਼ਹਿਰ ਨੂੰ ਮੀਂਹ ਅਤੇ ਹੜ੍ਹ ਨਾਲ ਸੰਬੰਧਿਤ ਲਗਭਗ 3000 ਕੌਲਾਂ ਪ੍ਰਾਪਤ ਹੋਈਆਂ। ਵਰਕਰ ਤੂਫਾਨ ਨਾਲ ਪ੍ਰਭਾਵਿਤ ਪੁਲਾਂ ਅਤੇ ਪੁਲੀਆਂ ਦਾ ਸ਼ਹਿਰ ਵਿਆਪੀ ਨਿਰੀਖਣ ਵੀ ਜਾਰੀ ਰੱਖ ਰਹੇ ਨੇ। ਸਟਾਫ ਨੇ ਕਿਹਾ ਕਿ ਲੇਕ ਓਨਟਾਰੀਓ ਦੇ ਨੇੜੇ ਸਾਰੀਆਂ ਨਾਜ਼ੁਕ ਬਣਤਰਾਂ ਅਤੇ ਲਗਭਗ 75% ਵਾਟਰ ਕਰੋਸਿੰਗਾਂ ਦਾ ਨਿਰੀਖਣ ਕੀਤਾ ਗਿਆ ਹੈ। ਕੋਈ ਮਹੱਤਵਪੂਰਨ ਢਾਂਚਾਗਤ ਚਿੰਤਾਵਾਂ ਨਹੀਂ ਦੇਖੀਆਂ ਗਈਆਂ। ਮੇਅਰ ਓਲੀਵੀਆ ਚਾਓ ਨੇ ਬੀਤੇ ਦਿਨ ਕਿਹਾ ਕਿ ਸ਼ਹਿਰ ਦੇ ਵਿਭਾਗਾਂ ਦਾ ਇੱਕ ਵਿਸ਼ਾਲ ਸਮੂਹ ਪਨਾਹ ਸੇਵਾਵਾਂ ਅਤੇ ਜਨਤਕ ਸਿਹਤ ਸਮੇਤ ਵੱਡੇ ਤੂਫਾਨ ਦਾ ਜਵਾਬ ਦੇਣਾ ਜਾਰੀ ਰੱਖਦਾ ਹੈ। ਚਾਓ ਅਤੇ ਡਿਪਟੀ ਮੇਅਰ ਜੈਨੀਫਰ ਮੈਕਕਲਵੀ ਨੇ ਸ਼ਹਿਰ ਦੇ ਸਟਾਫ ਨੂੰ ਬੀਤੇ ਹਫ਼ਤੇ ਦੇ ਤੂਫਾਨ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਤੂਫਾਨ ਦੇ ਪਾਣੀ ਨੂੰ ਘਟਾਉਣ ਦੇ ਪ੍ਰੋਗਰਾਮਾਂ ਬਾਰੇ ਰਿਪੋਰਟ ਕਰਨ ਲਈ ਕਿਹਾ। ਸਿਟੀ ਕੌਂਸਲ ਇਸ ਹਫ਼ਤੇ ਇਸ ਮੋਸ਼ਨ 'ਤੇ ਬਹਿਸ ਕਰਨ ਲਈ ਤਿਆਰ ਹੈ। ਘਰ ਦੇ ਮਾਲਕਾਂ ਅਤੇ ਕਾਰੋਬਾਰਾਂ ਨੂੰ ਹੜ੍ਹ ਤੋਂ ਬਚਣ ਵਿੱਚ ਮਦਦ ਕਰਨ ਦੇ ਹੋਰ ਤਰੀਕਿਆਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਦੀ ਨਜ਼ਰ ਦੇ ਨਾਲ ਬਹਿਸ ਕੀਤੀ ਜਾਵੇਗੀ।
ਚਾਓ ਬੁੱਧਵਾਰ ਨੂੰ ਹੋਣ ਵਾਲੀ ਕੌਂਸਲ ਦੀ ਮੀਟਿੰਗ ਵਿੱਚ ਗੰਭੀਰ ਤੂਫਾਨਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਾਧੂ ਕਦਮ ਚੁੱਕਣ ਤੋਂ ਇਨਕਾਰ ਵੀ ਨਹੀਂ ਕਰਨਗੇ। ਏਅਰ ਇੰਡੀਆ ਨੇ ਅਮਰੀਕਾ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਲੱਖਾਂ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਏਅਰ ਇੰਡੀਆ ਨੇ ਅਮਰੀਕਾ ਲਈ ਸਿੱਧੀ ਉਡਾਨ ਜੋ ਸ਼ੁਰੂ ਕੀਤੀ ਹੈ ਉਹ ਦਿੱਲੀ ਤੋਂ ਨਿਊਯਾਰਕ ਅਤੇ ਦਿੱਲੀ ਤੋਂ ਨਿਊਯਾਰਕ ਵੱਲ ਨੂੰ ਜਾਵੇਗੀ। ਏਅਰ ਇੰਡੀਆ ਨੇ ਬੀਤੇ ਦਿਨ ਐਲਾਨ ਕਰਦਿਆਂ ਹੋਇਆਂ ਕਹਿ ਦਿੱਤਾ ਹੈ ਕਿ ਉਸਦਾ ਫਲੈਗਸ਼ਿਪ ਵਾਇਡ ਬੋਡੀ ਏਅਰਕ੍ਰਾਫਟ A350 ਇਸ ਸਾਲ ਨਵੰਬਰ ਤੋਂ ਅਤਿ ਲੰਬੀ ਦੂਰੀ ਵਾਲੇ ਰੂਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਏਅਰ ਕੈਨੇਡਾ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਅਮਰੀਕਾ ਦੇ 2 ਸ਼ਹਿਰਾਂ ਲਈ ਰਵਾਨਾ ਹੋਵੇਗੀ। ਇਹ ਜਹਾਜ਼ ਦਿੱਲੀ ਤੋਂ ਨਿਊਯਾਰਕ JFK ਉਡਾਨ ਨਾਲ 1 ਨਵੰਬਰ ਤੋਂ ਰੂਟ 'ਤੇ ਸੰਚਾਲਨ ਸ਼ੁਰੂ ਕਰੇਗਾ। ਏਅਰ ਇੰਡੀਆ ਨੇ ਕਿਹਾ ਕਿ 2 ਜਨਵਰੀ 2025 ਤੋਂ ਏਅਰਲਾਈਨ ਦੀਆਂ ਦਿੱਲੀ ਨਿਊਯਾਰਕ ਨਿਊਜਰਸੀ ਦੀਆਂ ਉਡਾਨਾਂ ਵੀ ਏਅਰਬੱਸ A350-900 ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ। ਇਸ ਲਈ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਸਿੱਧੀਆਂ ਉਡਾਨਾਂ ਦੇ ਵਧਣ ਨਾਲ ਲੋਕਾਂ ਨੂੰ ਸਫ਼ਰ ਕਰਨ 'ਚ ਚੰਗਾ ਫਾਇਦਾ ਮਿਲੇਗਾ। ਜਾਣਕਾਰੀ ਮੁਤਾਬਕ ਏਅਰਬੱਸ A350-900 ਜਹਾਜ਼ ਕ੍ਰਮਵਾਰ 1 ਨਵੰਬਰ 2024 ਅਤੇ 2 ਜਨਵਰੀ 2025 ਤੋਂ ਦਿੱਲੀ ਟੂ ਨਿਊਯਾਰਕ ਅਤੇ ਦਿੱਲੀ ਟੂ ਨਿਊਯਾਰਕ ਨਿਊਜਰਸੀ ਦੇ ਰੂਟਾਂ 'ਤੇ ਕੰਮ ਕਰਨਗੇ। ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਉਡਾਨਾਂ ਰਾਹੀਂ ਯਾਤਰੀਆਂ ਦਾ ਅਨੁਭਵ ਵੀ ਬਦਲ ਜਾਵੇਗਾ। ਏਅਰਲਾਈਨ ਦੇ ਬਿਆਨ ਅਨੁਸਾਰ A350 ਨੂੰ ਤਾਇਨਾਤ ਕਰਨ ਨਾਲ ਹੁਣ ਇਸ ਰੂਟ 'ਤੇ ਏਅਰ ਇੰਡੀਆ ਦੇ ਪ੍ਰੀਮੀਅਮ ਇਕਨੋਮੀ ਕਲਾਸ ਦੇ ਤਜਰਬੇ ਵੀ ਹੋਰ ਵਧੀਆ ਹੋ ਜਾਣਗੇ ਅਤੇ ਇਹਨਾਂ ਤਜਰਬਿਆਂ ਨੂੰ ਵਧਾਇਆ ਵੀ ਜਾਵੇਗਾ। ਓਨਟਾਰੀਓ ਦੇ ਸੈਂਕੜੇ ਸ਼ਰਾਬ ਦੇ ਸਟੋਰ ਜੁਲਾਈ ਦੇ ਸ਼ੁਰੂ ਵਿੱਚ ਬੰਦ ਹੋਣ ਵਾਲੀ ਹੜਤਾਲ ਤੋਂ ਬਾਅਦ ਅੱਜ ਮੁੜ ਖੁੱਲਣਗੇ। ਓਨਟਾਰੀਓ ਦੇ ਲਗਭਗ 10,000 ਸ਼ਰਾਬ ਕੰਟਰੋਲ ਬੋਰਡ ਦੇ ਵਰਕਰ 5 ਜੁਲਾਈ ਨੂੰ ਨੌਕਰੀ ਛੱਡਣ ਤੋਂ ਬਾਅਦ ਲਗਭਗ 700 ਸਟੋਰਾਂ ਨੂੰ ਖੋਲ੍ਹਣ ਦੀ ਤਿਆਰੀ ਲਈ ਸੋਮਵਾਰ ਵਾਪਸ ਪਰਤ ਆਏ ਨੇ। ਦੁਬਾਰਾ ਖੋਲ੍ਹੇ ਗਏ ਪ੍ਰਚੂਨ ਸਟੋਰਾਂ ਤੋਂ ਇਲਾਵਾ LCBO ਦਾ ਕਹਿਣਾ ਹੈ ਕਿ ਹੁਣ ਔਨਲਾਈਨ ਆਰਡਰਾਂ 'ਤੇ ਵੀ ਕੋਈ ਸੀਮਾ ਨਹੀਂ ਹੋਵੇਗੀ, ਪਰ ਕਿਸੇ ਵੀ ਔਨਲਾਈਨ ਆਰਡਰ ਨੂੰ ਡਿਲੀਵਰੀ ਲਈ 3 ਹਫ਼ਤੇ ਲੱਗ ਸਕਦੇ ਨੇ। ਓਨਟਾਰੀਓ ਦੇ ਮੁੱਖ ਸ਼ਰਾਬ ਰਿਟੇਲਰ ਦਾ ਭਵਿੱਖ ਉਜਵਲ ਹੈ। ਪ੍ਰੀਮੀਅਰ ਡਗ ਫੋਰਡ ਨੇ ਬੀਤੇ ਦਿਨ ਇਹ ਘੋਸ਼ਣਾ ਕੀਤੀ ਕਿ 2 ਹਫ਼ਤਿਆਂ ਦੀ ਹੜਤਾਲ ਤੋਂ ਬਾਅਦ ਹਜ਼ਾਰਾਂ ਕਰਮਚਾਰੀ ਕੰਮ 'ਤੇ ਵਾਪਸ ਪਰਤ ਆਏ ਨੇ। ਓਨਟਾਰੀਓ ਦੇ ਲਿਕਰ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਇਸ ਦੇ ਸਟੋਰ ਅੱਜ ਕਾਰੋਬਾਰ ਦੇ ਲਈ ਖੁੱਲ੍ਹਣਗੇ। ਫੋਰਡ ਨੇ ਕਿਚਨਰ ਓਨਟਾਰੀਓ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਜਿੱਥੇ ਉਹਨਾਂ ਕਿਹਾ, ਮੈਨੂੰ LCBO ਵਿੱਚ ਭਰੋਸਾ ਹੈ। ਉਹ ਪਹਿਲੇ 3 ਥਰੈਸ਼ ਹੋਲਡਾਂ ਨੂੰ ਪੂਰਾ ਕਰਦੇ ਨੇ ਜੋ ਹੈਗੀਆਂ ਨੇ। ਵਧੀਆ ਗੁਣਵੱਤਾ, ਵਧੀਆ ਲੋਕ ਤੁਹਾਡੀ ਸੇਵਾ ਕਰਦੇ ਨੇ ਅਤੇ ਇੱਕ ਮੁਕਾਬਲੇ ਵਾਲੀ ਕੀਮਤ 'ਤੇ। ਇਸ ਲਈ ਅਸੀਂ ਇਸ 'ਤੇ ਅੱਗੇ ਵੱਧਦੇ ਰਹਾਂਗੇ। ਡਗ ਫੋਰਡ ਨੇ ਇਹ ਵੀ ਕਿਹਾ ਕਿ LCBO ਆਪਣੇ ਪ੍ਰਚੂਨ ਸਟੋਰਾਂ ਦੀ ਬਜਾਏ ਸੂਬੇ ਵਿੱਚ ਪ੍ਰਾਇਮਰੀ ਅਲਕੋਹਲ ਥੋਕ ਵਿਕਰੇਤਾ ਵਜੋਂ ਆਪਣਾ ਜ਼ਿਆਦਾਤਰ ਪੈਸਾ ਕਮਾਉਂਦਾ ਹੈ। ਉਹਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਪ੍ਰਤੀ ਵਿਅਕਤੀ ਜਦੋਂ ਸ਼ਰਾਬ ਦੀ ਵਿਕਰੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਪ੍ਰਿੰਸ ਐਡਵਰਡ ਆਈਲੈਂਡ ਦੇ ਅਪਵਾਦ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਪੈਸਾ ਕਮਾਉਂਦੇ ਹਾਂ। ਫੋਰਡ ਦੀ ਪਿਛਲੀ ਯੋਜਨਾ 2018 ਦੇ ਚੋਣ ਪ੍ਰਚਾਰ ਵਾਅਦੇ ਨੂੰ ਪੂਰਾ ਕਰਦੇ ਹੋਏ 2026 ਤੱਕ ਸੁਵਿਧਾ ਸਟੋਰਾਂ ਅਤੇ ਸਾਰੇ ਕਰਿਆਨੇ ਸਟੋਰਾਂ ਵਿੱਚ ਬੀਅਰ, ਵਾਈਨ ਅਤੇ ਰੈਡੀ ਟੂ ਡਰਿੰਕ ਕਾਕਟੇਲ ਪ੍ਰਾਪਤ ਕਰਨ ਦੀ ਸੀ, ਪਰ ਮਈ ਵਿੱਚ ਉਸਨੇ ਘੋਸ਼ਣਾ ਕੀਤੀ ਕਿ ਇਸ ਦੀ ਬਜਾਏ ਇਸ ਸਾਲ ਹੀ ਇਹ ਬਦਲਾਅ ਕੀਤਾ ਜਾਵੇਗਾ। ਇੱਕ ਅਗੇਤੀ ਚੋਣਾਂ ਦੀਆਂ ਕਿਆਸਟਰਾਈਆਂ ਨੂੰ ਪੂਰਾ ਕਰਦੇ ਹੋਏ ਜਿਸ ਨੂੰ ਫੋਰਡ ਨੇ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ।
ਸੁਵਿਧਾ ਸਟੋਰਾਂ ਨੂੰ 5 ਸਤੰਬਰ ਤੋਂ ਬੀਅਰ, ਵਾਈਨ ਅਤੇ ਕੂਲਰ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦਕਿ ਨਵੇਂ ਲਾਇਸੈਂਸ ਸ਼ੁਦਾ ਕਰਿਆਨੇ ਦੇ ਸਟੋਰ 31 ਅਕਤੂਬਰ ਤੋਂ ਅਜਿਹਾ ਕਰ ਸਕਦੇ ਨੇ। ਬੀਅਰ ਸਟੋਰ ਦੇ ਨਾਲ ਇੱਕ ਸ਼ੁਰੂਆਤੀ ਲਾਗੂ ਕਰਨ ਦਾ ਸਮਝੌਤਾ ਵਿੱਚ ਪ੍ਰੋਵਿੰਸ ਕੰਪਨੀ ਨੂੰ $225 ਮਿਲੀਅਨ ਤੱਕ ਦਾ ਭੁਗਤਾਨ ਕਰਦਾ ਹੈ ਤਾਂ ਜੋ ਸਟੋਰਾਂ ਨੂੰ ਖੁੱਲ੍ਹਾ ਰੱਖਣ ਅਤੇ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਿੱਚ ਮਦਦ ਕੀਤੀ ਜਾ ਸਕੇ। ਸੂਬਾ ਸ਼ਰਾਬ ਬਣਾਉਣ ਵਾਲਿਆਂ ਨੂੰ ਇੱਕ LCBO ਫੀਸ 'ਤੇ ਛੋਟ ਵੀ ਦੇ ਰਿਹਾ ਹੈ, ਜੋ ਆਮ ਤੌਰ 'ਤੇ ਇੱਕ ਸਾਲ ਵਿੱਚ $45 ਮਿਲੀਅਨ ਲਿਆਉਂਦਾ ਹੈ ਅਤੇ ਇਹ ਰਿਟੇਲਰਾਂ ਨੂੰ 10% ਥੋਕ ਛੋਟ ਦੇ ਰਿਹਾ ਹੈ। ਓਨਟਾਰੀਓ ਪਬਲਿਕ ਸਰਵਿਸ ਇੰਪਲੋਈਜ਼ ਯੂਨੀਅਨ ਨੇ ਕਿਹਾ ਹੈ ਕਿ ਫੋਰਡ ਦੀ ਐਲਕੋਹੋਲ ਮਾਰਕੀਟ ਨੂੰ ਖੋਲ੍ਹਣ ਦੀ ਯੋਜਨਾ ਨਾਲ ਇਸ ਨੂੰ ਹੋਂਦ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ। LCBO ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਫੋਰਡ ਦੀ ਐਲਕੋਹੋਲ ਦੀ ਵਿਕਰੀ ਨੂੰ ਸਹੂਲਤ ਅਤੇ ਕਰਿਆਨੇ ਦੀਆਂ ਦੁਕਾਨਾਂ ਤੱਕ ਵਧਾਉਣ ਦੀ ਯੋਜਨਾ, ਯੂਨੀਅਨ ਦੀਆਂ ਨੌਕਰੀਆਂ ਅਤੇ LCBO ਦੁਆਰਾ ਸੂਬੇ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਜਨਤਕ ਮਾਲੀਏ ਨੂੰ ਖਤਰਾ ਪੈਦਾ ਕਰੇਗੀ। ਯੂਨੀਅਨ ਨੇ ਇਹ ਤੱਕ ਕਹਿ ਦਿੱਤਾ ਹੈ ਕਿ ਸਟਿਕਿੰਗ ਪੁਆਇੰਟ ਫੋਰਡ ਦੀ ਸਹੂਲਤ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਰੈਡੀ ਟੂ ਡਰਿੰਕ ਕਾਕਟੇਲ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਸੀ, ਜੋ ਕਿ ਸੂਬੇ ਵਿੱਚ ਐਲਕੋਹੋਲ ਦੀ ਵਿਕਰੀ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਬਾਜ਼ਾਰ ਹੈ। ਇਹ ਨੌਕਰੀ ਦੀ ਸੁਰੱਖਿਆ, ਤਨਖਾਹ ਵਧਾਉਣ ਅਤੇ ਬਿਹਤਰ ਲਾਭਾਂ ਦੀ ਮੰਗ ਕਰ ਰਿਹਾ ਸੀ। ਫੋਰਡ ਨੇ ਮੰਨਿਆ ਹੈ ਕਿ ਪੀਣ ਲਈ ਤਿਆਰ ਕਾਕਟੇਲ ਤੇਜ਼ ਵਿਕਰੇਤਾ ਹਨ ਅਤੇ LCBO ਦੀ ਵਿਕਰੀ ਦਾ ਲਗਭਗ 9% ਮੇਕਅਪ ਹੈ। ਫੋਰਡ ਨੇ 5 ਜੁਲਾਈ ਨੂੰ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਆਪਣੀਆਂ ਐਲਕੋਹੋਲ ਉਧਾਰੀਕਰਨ ਦੀਆਂ ਯੋਜਨਾਵਾਂ ਨੂੰ ਤੇਜ਼ ਕੀਤਾ, ਜਿਸ ਨਾਲ ਬੀਅਰ ਅਤੇ ਵਾਈਨ ਵੇਚਣ ਲਈ ਪਹਿਲਾਂ ਹੀ ਲਾਇਸੈਂਸ ਸ਼ੁਦਾ ਕਰਿਆਨੇ ਦੀਆਂ ਦੁਕਾਨਾਂ ਨੂੰ ਬੀਤੇ ਹਫ਼ਤੇ ਵੀਰਵਾਰ ਤੱਕ ਰੈਡੀ ਟੂ ਡਰਿੰਕ ਕਾਕਟੇਲ ਪੀਣ ਵਾਲੇ ਪਦਾਰਥ ਵੇਚਣ ਦੀ ਆਗਿਆ ਦਿੱਤੀ ਗਈ। LCBO ਵਰਕਰਾਂ ਨੇ ਐਤਵਾਰ ਨੂੰ ਇੱਕ ਨਵੇਂ ਸੌਦੇ ਦੀ ਪੁਸ਼ਟੀ ਕੀਤੀ, ਜਿਸ ਵਿੱਚ 3 ਸਾਲਾਂ ਵਿੱਚ 8% ਤਨਖਾਹ ਵਾਧਾ, ਲਗਭਗ 1000 ਆਮ ਕਰਮਚਾਰੀਆਂ ਨੂੰ ਪਾਰਟ ਟਾਈਮ ਅਹੁਦਿਆਂ 'ਤੇ ਤਬਦੀਲ ਕਰਨਾ ਅਤੇ ਸਮਝੌਤੇ ਦੇ ਦੌਰਾਨ ਕੋਈ ਸਟੋਰ ਬੰਦ ਨਹੀਂ ਹੋਣਾ ਸ਼ਾਮਿਲ ਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਵਿੱਚੋਂ ਇੱਕ ਸ਼ੱਕੀ ਵੱਲੋਂ ਟਰੂਡੋ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਿਨਲੈਂਡ ਅਤੇ NDP ਦੇ ਆਗੂ ਜਗਮੀਤ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। RCMP ਵੱਲੋਂ ਦੋਹਾਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਧਮਕੀਆਂ ਦੇਣ ਵਾਲਿਆਂ ਵਿੱਚੋਂ ਇੱਕ ਦੀ ਉਮਰ 67 ਸਾਲ ਅਤੇ ਦੂਜੇ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। RCMP ਨੇ ਦੱਸਿਆ ਹੈ ਕਿ ਐਡਮਿੰਟਨ ਦੇ ਵਸਨੀਕ 67 ਸਾਲਾਂ ਸ਼ੱਕੀ ਵਿਰੁੱਧ ਧਮਕੀਆਂ ਦੇਣ ਦੇ 3 ਦੋਸ਼ ਆਇਦ ਕੀਤੇ ਗਏ ਨੇ। ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਦੀ ਸ਼ਿਕਾਇਤ ਬੀਤੀ 7 ਜੂਨ ਨੂੰ RCMP ਕੋਲ ਪਹੁੰਚੀ ਅਤੇ 3 ਜੂਨ ਨੂੰ ਸ਼ੱਕੀ ਵਿਰੁੱਧ ਦੋਸ਼ ਆਇਦ ਕੀਤੇ ਗਏ, ਜੋ ਵੀਰਵਾਰ ਨੂੰ ਐਡਮਿੰਟਨ ਦੀ ਅਦਾਲਤ ਵਿੱਚ ਪੇਸ਼ ਹੋਵੇਗਾ। ਇੱਕ ਵੱਖਰੇ ਮਾਮਲੇ ਤਹਿਤ ਕੈਲਗਰੀ ਦੇ 23 ਸਾਲਾਂ ਸ਼ਖਸ ਵਿਰੁੱਧ 6 ਜੂਨ ਨੂੰ ਕਾਰਵਾਈ ਕੀਤੀ ਗਈ, ਜਿਸ ਵੱਲੋਂ ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਹ ਅੱਜ ਅਦਾਲਤ ਦੇ ਵਿੱਚ ਪੇਸ਼ ਹੋਵੇਗਾ। RCMP ਦੇ ਇੰਸਪੈਕਟਰ ਮੈਥਿਊ ਜੌਹਨਸਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਕਿ ਡਿਜੀਟਲ ਯੁੱਗ ਵਿੱਚ ਆਨਲਾਈਨ ਰਾਬਤਾ ਆਮ ਗੱਲ ਹੋ ਗਈ ਅਤੇ ਕੁਝ ਲੋਕ ਆਪਣੀ ਪਛਾਣ ਜ਼ਾਹਿਰ ਨਹੀਂ ਹੋਣ ਦਿੰਦੇ, ਜਿਨ੍ਹਾਂ ਦਾ ਮੰਨਣਾ ਹੈ ਕਿ ਵਰਚੁਅਲ ਤਰੀਕੇ ਨਾਲ ਕੀਤੀ ਹਰਕਤ ਦਾ ਕੋਈ ਸਿੱਟਾ ਭੁਗਤਣਾ ਨਹੀਂ ਪਵੇਗਾ। ਪਰ ਜਦੋਂ ਅਜਿਹੀਆਂ ਹਰਕਤਾਂ ਜਾਂ ਸ਼ਬਦ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ ਤਾਂ ਅਪਰਾਧਿਕ ਸਰਗਰਮੀ ਦਾ ਜਨਮ ਹੁੰਦਾ ਹੈ। ਇਨ੍ਹਾਂ ਅਪਰਾਧਿਕ ਸਰਗਰਮੀਆਂ ਦੀ ਵਿਸਤਾਰਿਤ ਪੜਤਾਲ ਕੀਤੀ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ
ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲੇ ਕਈ ਜਾਣਿਆਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਆਖਰੀ ਮਾਮਲਾ ਫਰਵਰੀ 2024 ਵਿੱਚ ਸਾਹਮਣੇ ਆਇਆ ਸੀ, ਜਦੋਂ ਮੌਂਟਰੀਅਲ ਦੇ ਇੱਕ ਸ਼ਖਸ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ। ਦੂਜੇ ਪਾਸੇ ਹਾਊਸ ਆਫ ਕਾਮਨਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲਿਆਂ ਵਿੱਚ ਬੀਤੇ 5 ਸਾਲ ਦੌਰਾਨ 800% ਵਾਧਾ ਹੋ ਚੁੱਕਾ ਹੈ। RCMP ਦੇ ਸਹਾਇਕ ਕਮਿਸ਼ਨਰ ਵੱਲੋਂ ਹਾਲ ਹੀ ਵਿੱਚ ਦੱਸਿਆ ਗਿਆ ਕਿ ਸੁਰੱਖਿਆ ਮੰਗਣ ਵਾਲੇ MPs ਦੀ ਗਿਣਤੀ ਸਾਲ 2018 ਮਗਰੋਂ ਦੁੱਗਣੀ ਹੋ ਚੁੱਕੀ ਹੈ। ਇਸੇ ਦੌਰਾਨ ਓਟਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਅਤੇ ਸਾਬਕਾ ਕੌਮੀ ਸੁਰੱਖਿਆ ਵਿਸ਼ਲੇਸ਼ਕ ਸਟੈਫਨੀ ਕਾਰਨਵਨ ਨੇ ਕਿਹਾ ਕਿ ਸਿਆਸਤਦਾਨਾਂ ਜਾਂ ਉੱਚੇ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਆਨਲਾਈਨ ਧਮਕੀਆਂ ਵਿੱਚ ਵਾਧਾ ਬਹੁਤੀ ਹੈਰਾਨੀ ਪੈਦਾ ਨਹੀਂ ਕਰਦਾ। ਅਸਲੀਅਤ ਇਹ ਹੈ ਕਿ ਕਿਸੇ ਕਿਸੇ ਮਾਮਲੇ ਵਿੱਚ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ। ਕੈਨੇਡਾ ਦੇ ਸਰੀ ਦੇ ਵਿੱਚ ਇੱਕ ਭਿਆਨਕ ਟੱਕਰ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਪੰਜਾਬੀ ਟਰੱਕ ਡਰਾਈਵਰ ਦੇ ਨਾਲ ਮੰਦਭਾਗਾ ਭਾਣਾ ਉਦੋਂ ਵਾਪਰਿਆ ਜਦੋਂ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਦੋ ਸੈਮੀ ਟਰੱਕਾਂ ਦੀ ਟੱਕਰ ਤੋਂ ਬਾਅਦ ਕਈ ਲੋਕ ਜ਼ਖਮੀ ਹੋਏ ਅਤੇ ਇਸ ਵਿੱਚ ਪੰਜਾਬੀ ਟਰੱਕ ਡਰਾਈਵਰ ਸੰਦੀਪ ਸਿੰਘ ਚੀਮਾ ਨੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਹੋਇਆਂ ਆਪਣਾ ਦਮ ਤੋੜ ਦਿੱਤਾ। ਬੀਤੇ ਹਫ਼ਤੇ ਸਰੀ ਵਿੱਚ ਹਾਈਵੇ 17 ਉੱਤੋਂ ਦੋ ਸੈਮੀ ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸਰੀ RCMP ਨੇ ਦੱਸਿਆ ਕਿ ਇੱਕ ਸੈਮੀ ਟ੍ਰੇਲਰ ਦੇ 41 ਸਾਲਾਂ ਡਰਾਈਵਰ ਸੰਦੀਪ ਸਿੰਘ ਚੀਮਾ ਨੇ ਆਪਣੀਆਂ ਡੂੰਘੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ। ਪੰਜਾਬੀ ਮੂਲ ਦਾ ਡਰਾਈਵਰ ਸੰਦੀਪ ਸਿੰਘ ਚੀਮਾ ਹਾਦਸੇ ਵਿੱਚ ਸ਼ਾਮਿਲ ਦੋ ਕੁੜੀਆਂ ਦਾ 41 ਸਾਲਾਂ ਪਿਤਾ ਸੀ, ਜੋ ਆਪਣਾ ਕੰਮ ਖਤਮ ਕਰਕੇ ਰਾਤ ਲਈ ਆਪਣਾ ਟ੍ਰੇਲਰ ਪਾਰਕ ਕਰਨ ਲਈ ਆਪਣੇ ਕੰਮ ਵਾਲੀ ਥਾਂ 'ਤੇ ਜਾ ਰਿਹਾ ਸੀ। ਸੰਦੀਪ ਦੀਆਂ ਧੀਆਂ, ਇੱਕ ਦੀ ਉਮਰ 6 ਸਾਲ ਅਤੇ ਦੂਜੀ ਦੀ ਉਮਰ 2 ਸਾਲ ਹੈ ਅਤੇ ਉਸਦੀ ਪਤਨੀ ਦਾ ਨਾਮ ਮਨਜੀਤ ਕੌਰ ਹੈ। ਦੱਸ ਦਈਏ ਕਿ ਸੰਦੀਪ ਆਪਣੀ ਸ਼ਿਫਟ ਖਤਮ ਕਰਨ ਅਤੇ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਤੋਂ ਸਿਰਫ ਇੱਕ ਮੋੜ ਹੀ ਦੂਰ ਸੀ। ਇਹ ਟੱਕਰ ਮੰਗਲਵਾਰ 16 ਜੁਲਾਈ ਨੂੰ ਦੋ ਸੈਮੀ ਟ੍ਰੇਲਰਾਂ ਵਿਚਾਲੇ ਹੋਈ। ਦੋਨਾਂ ਡਰਾਈਵਰਾਂ ਅਤੇ ਇੱਕ ਯਾਤਰੀ ਨੂੰ ਹਸਪਤਾਲ ਲਿਜਾਂਦਾ ਗਿਆ, ਜਿਨ੍ਹਾਂ 'ਚੋਂ ਸੰਦੀਪ ਨੇ ਇੱਕ ਹਫ਼ਤੇ ਬਾਅਦ ਦਮ ਤੋੜ ਦਿੱਤਾ। ਕਈ ਦਿਨ ICU ਵਿੱਚ ਆਪਣੀ ਜ਼ਿੰਦਗੀ ਲਈ ਲੜਨ ਤੋਂ ਬਾਅਦ ਸੰਦੀਪ ਨੇ ਆਪਣੀਆਂ ਸੱਟਾਂ ਦੀ ਤਾਬ ਨਾ ਚੱਲਦਿਆਂ ਆਪਣੀਆਂ ਬੇਟੀਆਂ ਅਤੇ ਪਤਨੀ ਨੂੰ ਪਿੱਛੇ ਇਕੱਲਾ ਛੱਡ ਕੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਸੰਦੀਪ ਚੀਮਾ 2012 ਵਿੱਚ ਇੱਕ ਪ੍ਰਵਾਸੀ ਵਜੋਂ ਸਰੀ ਚਲਾ ਗਿਆ, ਜਦ ਉਸਦੇ ਪਿਤਾ ਉਸੇ ਸਾਲ ਇੱਕ ਕਾਰ ਹਾਦਸੇ ਦੇ ਵਿੱਚ ਚਲਾਨਾ ਕਰ ਗਏ ਸਨ ਅਤੇ ਉਸਦੀ ਮਾਂ ਵੀ ਕੁਝ ਮਹੀਨਿਆਂ ਬਾਅਦ 2013 ਵਿੱਚ ਦਮ ਤੋੜ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੰਦੀਪ ਦੇ ਅੰਗ ਵੀ ਦਾਨ ਕੀਤੇ ਗਏ ਨੇ ਤਾਂ ਜੋ ਕਿਸੇ ਹੋਰ ਦੀ ਜਾਨ ਬਚਾਈ ਜਾ ਸਕੇ। ਬਚੇ ਹੋਏ ਪਰਿਵਾਰ ਨੂੰ ਰਿਹਾਇਸ਼ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਫੰਡ ਰੇਜ਼ਰ ਲਈ $1,50,000 ਦੇ ਟੀਚੇ ਨਾਲ ਸੋਮਵਾਰ ਸਵੇਰ ਤੱਕ ਸਿਰਫ $51,000 ਤੋਂ ਵੱਧ ਇਕੱਠਾ ਕੀਤਾ ਜਾ ਚੁੱਕਾ ਹੈ। ਹਜ਼ਾਰਾਂ ਲੋਕ ਜੈਸਪਰ ਨੈਸ਼ਨਲ ਪਾਰਕ ਤੋਂ ਭੱਜਦੇ ਹੋਏ ਵਿਖਾਈ ਦੇ ਰਹੇ ਨੇ। ਹਜ਼ਾਰਾਂ ਲੋਕ ਜੈਸਪਰ ਨੈਸ਼ਨਲ ਪਾਰਕ ਨੂੰ ਛੱਡਣ ਲਈ ਮਜਬੂਰ ਹੋ ਗਏ ਨੇ ਕਿਉਂਕਿ ਜੰਗਲ ਦੀ ਅੱਗ ਟਾਊਨਸ਼ਿਪ ਦੇ ਲਈ ਇੱਕ ਖਤਰਾ ਬਣ ਰਹੀ ਹੈ। ਹਾਈਵੇ ਬੰਦ ਹੋਣ ਦੇ ਸੰਕੇਤ ਮਿਲ ਰਹੇ ਨੇ। ਜੈਸਪਰ ਦੀ ਨਗਰ ਪਾਲਿਕਾ ਨੇ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕਰ ਦਿੱਤਾ ਹੈ। ਐਲਬਰਟਾ ਦੇ ਪਹਾੜੀ ਕਸਬੇ ਜੈਸਪਰ ਦੇ ਲਗਭਗ 4700 ਨਿਵਾਸੀਆਂ ਅਤੇ ਜੈਸਪਰ ਨੈਸ਼ਨਲ ਪਾਰਕ ਦੇ ਸੈਲਾਨੀਆਂ ਨੂੰ ਸੋਮਵਾਰ ਦੇਰ ਰਾਤ ਖੇਤਰ ਵਿੱਚ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਹਨੇਰੇ ਸੂਟ ਅਤੇ ਸਵਾਹ ਰਾਹੀਂ ਪਹਾੜੀ ਸੜਕਾਂ ਉੱਤੇ ਥੋੜ੍ਹੇ ਜਿਹੇ ਨੋਟਿਸ ਦੇ ਨਾਲ ਲੋਕਾਂ ਨੂੰ ਪੱਛਮ ਵੱਲ ਬ੍ਰਿਟਿਸ਼ ਕੋਲੰਬੀਆ ਵਿੱਚ ਭੱਜਣ ਲਈ ਮਜਬੂਰ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕਾਰਾਂ ਅਤੇ ਟਰੱਕਾਂ ਦੀ ਇੱਕ ਲੰਬੀ ਲਾਈਨ, ਹੈੱਡਲਾਈਟਾਂ ਚਾਲੂ, ਲਾਲ ਟੇਲ ਲਾਈਟਾਂ ਝਪਕਦੀਆਂ ਹੋਈਆਂ, ਡੂੰਘੇ ਨੀਲੇ ਰਾਤ 'ਤੇ ਅਸਮਾਨ ਦੇ ਹਨੇਰੇ ਦੇ ਰੂਪ ਵਿੱਚ ਬੰਪਰ ਟੂ ਬੰਪਰ ਵੱਲ ਵੱਧਦੀਆਂ ਵਿਖਾਈ ਦਿੱਤੀਆਂ ਗਈਆਂ। ਐਡਮਿੰਟਨ ਦੀ ਇੱਕ ਨਿਵਾਸੀ ਨੇ ਕਿਹਾ ਹੈ ਕਿ ਸਿਰਫ 7 ਕਿਲੋਮੀਟਰ ਜਾਣ ਲਈ ਕਈ ਘੰਟੇ ਲੱਗ ਗਏ ਅਤੇ ਉਹਨਾਂ ਕੋਲ ਕਾਫ਼ੀ ਗੈਸ ਸੀ, ਪਰ ਦੂਜਿਆਂ ਲਈ ਚਿੰਤਿਤ ਸਨ ਜੋ ਟੈਂਕ ਵਿੱਚ ਬਹੁਤ ਘੱਟ ਸਨ। ਜੈਸਪਰ ਟਾਊਨ ਸਾਈਟ ਅਤੇ ਪਾਰਕ ਦੇ ਮੁੱਖ ਪੂਰਬੀ ਪੱਛਮੀ ਧਮਨੀ ਹਾਈਵੇ 16 ਇੱਕ ਅੱਗ ਦੀ ਲਪੇਟ ਵਿੱਚ ਆ ਗਈ ਸੀ। ਉੱਤਰ ਪੂਰਬ ਤੋਂ ਖਤਰੇ ਵਾਲੀ ਅੱਗ ਨੇ ਐਡਮਿੰਟਨ ਦੇ ਪੂਰਬ ਵੱਲ ਹਾਈਵੇ ਦੀ ਪਹੁੰਚ ਨੂੰ ਕੱਟ ਦਿੱਤਾ। ਦੱਖਣ ਤੋਂ ਗਰਜ ਰਹੀ ਇੱਕ ਹੋਰ ਅੱਗ ਨੇ ਉੱਤਰ ਦੱਖਣ ਆਈਸਫੀਲਡ ਪਾਰਕ ਵੇ ਨੂੰ ਬੰਦ ਕਰਨ ਲਈ ਮਜਬੂਰ ਕੀਤਾ। ਅੱਗ ਥੋੜ੍ਹੇ ਜਿਹੇ ਹੀ ਨੋਟਿਸ ਦੇ ਵਿੱਚ ਫੈਲ ਗਈ। ਪਾਰਕ ਅਤੇ ਕਸਬਿਆਂ ਦੇ ਅਧਿਕਾਰੀਆਂ ਨੂੰ ਟ੍ਰੈਫਿਕ ਜਾਮ ਨੂੰ ਦੂਰ ਕਰਨ, ਵਾਹਨਾਂ ਲਈ ਬਾਲਣ ਲੱਭਣ ਅਤੇ ਅੱਗ ਨਾਲ ਲੜਨ ਲਈ ਸਰੋਤਾਂ ਨੂੰ ਮਾਰਸ਼ਲ ਕਰਨ ਦੇ ਨਾਲ ਨਾਲ ਕਮਜ਼ੋਰ ਲੋਕਾਂ ਨੂੰ ਸੁਰੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਭੇਜਿਆ ਗਿਆ। ਰਾਤ 10 ਵਜੇ ਤੋਂ ਬਾਅਦ ਨਿਕਾਸੀ ਅਲਰਟ ਭੇਜਿਆ ਗਿਆ। ਐਮਟੀ ਜੈਸਪਰ ਦੀ ਨਗਰਪਾਲਿਕਾ ਨੇ ਥੋੜ੍ਹੀ ਦੇਰ ਬਾਅਦ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਐਲਬਰਟਾ ਐਮਰਜੈਂਸੀ ਅਲਰਟ ਨੇ ਸ਼ੁਰੂ ਵਿੱਚ ਕਿਹਾ ਕਿ ਵਸਨੀਕਾਂ ਨੂੰ ਭੱਜਣਾ ਪਿਆ ਕਿਉਂਕਿ ਅੱਗ ਜੈਸਪਰ ਟਾਊਨ ਸਾਈਟ ਤੋਂ 5 ਘੰਟੇ ਦੀ ਸੀ, ਪਰ 1 ਘੰਟੇ ਬਾਅਦ ਇਹ ਕਿਹਾ ਗਿਆ ਕਿ ਲੋਕਾਂ ਕੋਲ ਬਾਹਰ ਨਿਕਲਣ ਲਈ 5 ਘੰਟੇ ਸਨ, ਮਤਲਬ ਕਿ ਉਹਨਾਂ ਨੂੰ ਮੰਗਲਵਾਰ ਸਵੇਰੇ 3 ਵਜੇ ਐਮਟੀ ਤੱਕ ਬਾਹਰ ਨਿਕਲਣਾ ਪਿਆ। ਸਥਾਨਕ ਸਮੇਂ ਅਨੁਸਾਰ 2:30 ਵਜੇ ਤੋਂ ਠੀਕ ਬਾਅਦ ਐਲਬਰਟਾ ਐਮਰਜੈਂਸੀ ਅਲਰਟ ਨੇ ਇੱਕ ਨੋਟਿਸ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਨਿਕਾਸੀ ਚੰਗੀ ਤਰ੍ਹਾਂ ਚੱਲ ਰਹੀ ਹੈ। ਅਲਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਟ੍ਰੈਫਿਕ ਹਾਈਵੇ 16 'ਤੇ ਪੱਛਮ ਵੱਲ ਜਾ ਰਿਹਾ ਹੈ ਅਤੇ ਸਿਰਫ ਉਦੋਂ ਹੀ ਜਦੋਂ ਸੜਕ ਕਿਨਾਰੇ ਅੱਗ ਦੀਆਂ ਸਥਿਤੀਆਂ ਇਜਾਜ਼ਤ ਦਿੰਦੀਆਂ ਨੇ ਹਾਈਵੇ 16 'ਤੇ ਵਾਹਨਾਂ ਦੇ ਛੋਟੇ ਸਮੂਹਾਂ ਨੂੰ ਪੂਰਬ ਵੱਲ ਨਿਰਦੇਸ਼ਿਤ ਕੀਤਾ ਜਾਵੇਗਾ। ਸੜਕ 'ਤੇ ਇੱਕ ਲੰਬੀ ਚਿੰਤਾ ਵਾਲੀ ਰਾਤ ਸੀ ਕਿਉਂਕਿ ਵਾਹਨਾਂ ਨੇ ਕਮਿਊਨਿਟੀ ਤੋਂ ਬਾਹਰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਸਨ। ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਾਂਤ ਨੇ 81 ਲੋਕਾਂ ਲਈ ਰਿਹਾਇਸ਼ ਲੱਭਣ ਲਈ ਭੱਜ ਦੌੜ ਕੀਤੀ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਕਮਿਊਨਿਟੀ ਹਾਲ ਵਿੱਚ ਇੱਕ ਸਵਾਗਤ ਕੇਂਦਰ ਸਥਾਪਿਤ ਕੀਤਾ ਗਿਆ। ਵੈਲਮਾਊਂਟ ਦਾ ਪਿੰਡ ਸਵੇਰੇ 4:30 ਵਜੇ ਤੱਕ ਸਮਰੱਥਾ 'ਤੇ ਪਹੁੰਚ ਗਿਆ ਸੀ। ਬੋਨੈਟਸ ਐਨਰਜੀ ਸੈਂਟਰ ਵਿਖੇ ਗ੍ਰੈਂਡ ਪ੍ਰੈਰੀ ਵਿੱਚ ਇੱਕ ਰਿਸੈਪਸ਼ਨ ਸੈਂਟਰ ਮੰਗਲਵਾਰ ਸਵੇਰੇ 9 ਵਜੇ ਖੋਲ੍ਹਿਆ ਗਿਆ। ਜੈਸਪਰ ਟਾਊਨ ਦੇ ਅਧਿਕਾਰੀਆਂ ਅਤੇ ਪਾਰਕਸ ਕੈਨੇਡਾ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਟ੍ਰੈਫਿਕ ਜਾਮ ਅਤੇ ਲੋਕਾਂ ਦੇ ਜਾਣ ਲਈ ਜਗ੍ਹਾ ਲੱਭਣ ਸਮੇਤ ਕਈ ਲੌਜਿਸਟੀਕਲ ਚੁਣੌਤੀਆਂ ਨੂੰ ਫੜਨ ਅਤੇ ਦੂਰ ਕਰਨ ਲਈ ਕਾਹਲੀ ਕਰ ਰਹੇ ਸਨ। ਸੋਮਵਾਰ ਤੱਕ ਐਲਬਰਟਾ ਵਿੱਚ ਲਗਭਗ 7500 ਲੋਕ ਨਿਕਾਸੀ ਦੇ ਆਦੇਸ਼ਾਂ ਦੇ ਅਧੀਨ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਗਾਮੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਨਾ ਲੜਨ ਦਾ ਐਲਾਨ ਕੀਤਾ ਹੈ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ 'ਤੇ ਸਮਰਥਨ ਦੇ ਦਿੱਤਾ ਹੈ। ਡੈਮੋਕ੍ਰੇਟਸ ਦਾ ਬਾਈਡਨ ਦੇ ਮਾਨਸਿਕ ਤਵਾਜ਼ਨ ਅਤੇ ਟਰੰਪ ਨੂੰ ਹਰਾਉਣ ਦੀ ਸਮਰੱਥਾ ਵਿੱਚ ਵਿਸ਼ਵਾਸ ਡਗਮਗਾ ਰਿਹਾ ਸੀ, ਜਿਸ ਤੋਂ ਬਾਅਦ ਜੋ ਬਾਈਡਨ ਨੇ ਅਜਿਹਾ ਫੈਸਲਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ।
ਐਤਵਾਰ ਨੂੰ ਬਾਈਡਨ ਨੇ ਆਪਣੇ ਇਸ ਫੈਸਲੇ ਦਾ ਐਲਾਨ ਕੀਤਾ। ਵਾਈਟ ਹਾਊਸ ਦੀ ਦੌੜ ਵਿੱਚ ਇਹ ਦਿਲਚਸਪ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ 'ਚ 4 ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ। ਪਿਛਲੇ ਮਹੀਨੇ ਰਾਸ਼ਟਰਪਤੀ ਬਾਈਡਨ ਦਾ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਇੱਕ ਟੀਵੀ ਡਿਬੇਟ ਦੌਰਾਨ ਬਹੁਤ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ, ਜਿਸ ਤੋਂ ਬਾਅਦ ਕਈ ਡੈਮੋਕਰੈਟਸ ਬਾਈਡਨ 'ਤੇ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ। ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਨਗੇ। ਜੇਕਰ ਕਮਲਾ ਹੈਰਿਸ ਅਧਿਕਾਰਿਤ ਤੌਰ 'ਤੇ ਡੈਮੋਕਰੈਟਸ ਦੇ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮੀਨੇਟ ਹੁੰਦੇ ਨੇ ਤਾਂ ਉਹ ਅਮਰੀਕਾ ਦੇ ਇਤਿਹਾਸ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ਵਿੱਚ ਉਤਰਨ ਵਾਲੀ ਪਹਿਲੀ ਬਲੈਕ ਔਰਤ ਬਣ ਜਾਵੇਗੀ। 59 ਸਾਲ ਦੀ ਕਮਲਾ ਹੈਰਿਸ ਕੈਲੀਫੋਰਨੀਆ ਦੀ ਸਾਬਕਾ ਅਟਾਰਨੀ ਜਨਰਲ ਅਤੇ ਸਾਬਕਾ US ਸੈਨੇਟਰ ਵੀ ਰਹੀ ਹੈ। ਬਾਈਡਨ ਨੇ ਐਤਵਾਰ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਿਆਨ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਵਜੋਂ ਉਹ ਕੈਨੇਡੀਅਨਜ਼ ਲਈ ਇੱਕ ਸਾਥੀ ਨੇ ਅਤੇ ਇੱਕ ਸੱਚਾ ਦੋਸਤ ਵੀ ਨੇ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਅਤੇ ਫਸਟ ਲੇਡੀ ਲਈ ਤੁਹਾਡਾ ਸ਼ੁਕਰੀਆ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।